ਅਸੀਂ ਜੋ ਵੀ ਆਹ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਪਿਛਲੀ ਵਾਰ ਵੀ ਕੀਤੀ ਸੀ ਦਰਬਾਰ ਦੇ ਜੋ ਵੀ ਘਪਲੇ ਹੋਏ ਸੀ ਉਹਨੂੰ ਲੈ ਕੇ, ਹੁਣ ਵੀ ਅਸੀਂ ਇਸ ਅਗਲੇ ਕੁਛ ਘਪਲੇ ਉਦੋਂ ਦਿੱਤੇ ਸੀ, ਕੁਛ ਅੱਜ ਕਰਦੇ ਆ। ਹੰਸਰਾਜ ਹੰਸ ਨੂੰ ਇਹਦੇ ਅਸੀਂ ਪਿਛਲੀ ਵਾਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਹੰਸਰਾਜ ਹੰਸ ਨੂੰ ਮਿਲੇ ਹਾਂ, ਸਾਡੇ ਬੰਦੇ ਮਿਲੇ ਆ, ਉਹ ਵੀ ਇਹਨਾਂ ਨੂੰ ਅਸੀਂ ਆਪਾਂ ਮੁੱਦਾ ਸੁਲਝਾ ਲਈਏ, ਪਰ ਉਹਨਾਂ ਨੇ ਸਾਨੂੰ ਕੋਈ ਰਿਸਪੋਂਸ ਨਹੀਂ ਦਿੱਤਾ। ਅਤੇ ਔਰ ਐਤਕੀ ਉਹਨਾਂ ਨੇ ਜਾਣ ਕੇ ਕਿਹਾ ਵੀ ਬਰਸੀ ਅਸੀਂ ਮਨਾਵਾਂਗੇ, ਜਿਹੜੀ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਬਰਸੀ ਆ ਉਹਨੂੰ ਲੈ ਕੇ ਸਾਰਾ ਇਹ ਖਨਨ ਹੁਣ ਚੱਲ ਰਿਹਾ ਵਾ, ਕਿ ਉਹ ਧੱਕੇ ਨਾਲ ਪ੍ਰਸ਼ਾਸਨ ਦੇ ਜ਼ੋਰ 'ਤੇ ਸਾਨੂੰ ਇਹ ਸ਼ੱਕ ਆ ਵੀ ਉਹ ਬਰਸੀ ਧੱਕੇ ਨਾਲ ਮਨਾਉਗੇ। ਕੋਈ ਇੰਤਜ਼ਾਮਾਤ ਨਹੀਂ ਉਹਨਾਂ ਦੇ, ਸਾਡੇ ਇੰਤਜ਼ਾਮ ਜਿਹੜੇ ਕੀਤੇ ਆ ਸਾਨੂੰ ਉਹ ਮੇਰੇ 'ਚੋਂ ਕੋਈ ਯਾਨੀ ਕਿ ਕੈਸ਼ ਦਾ ਕੋਈ ਵੀ ਸਾਨੂੰ ਜਿਹੜਾ ਵਾ ਨਹੀਂ ਮਿਲ ਰਿਹਾ। ਸਾਈ ਜੀ, ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਬਰਸੀ ਹੈ ਉਹ ਧੱਕੇ ਦੇ ਨਾਲ ਮਨਾਉਣਗੇ, ਅਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਰਸੀ ਮਨਾਵਾਂਗੇ ਆਪਣੇ ਵੱਲੋਂ, ਅਤੇ ਤੁਸੀਂ ਆਪਣਾ ਪ੍ਰਬੰਧ ਪੂਰਾ ਕਰ ਚੁੱਕੇ ਹੋ ਇਸ ਦੇ ਵਿੱਚ ਸਾਰਾ, ਇਹ ਜਿੰਨਾ ਪੈਸਾ ਲੱਗੇਗਾ ਤੁਸੀਂ ਆਪਣੇ ਕੋਲ ਲਗਾਓਗੇ? ਨਹੀਂ, ਅਸੀਂ ਗੱਲੇ 'ਚੋਂ ਲਾਵਾਂਗੇ, ਜਿਹੜੇ ਕੋਈ ਕਲਾਕਾਰ ਤੋਂ ਪੈਸੇ ਸਿੱਟਾਂਗੇ ਉਹ ਮੈਂ ਕੋਲੋਂ ਸਿੱਟੂੰਗਾ ਜੀ। ਅਤੇ ਜਿਹੜੇ ਕਲਾਕਾਰ ਦੇ ਉੱਤੇ ਪਹਿਲੇ ਉਹ ਉਹਨਾਂ ਨੇ ਤੁਸੀਂ ਦੱਸਿਆ ਉਹਦੇ ਵਿੱਚ ਪੇਪਰਾਂ ਦੇ ਵਿੱਚ ਕਿ ਇਹਨਾਂ ਨੇ 9.5 ਲੱਖ ਰੁਪਇਆ ਸੁੱਟਿਆ ਉੱਪਰ, ਅਤੇ ਉਹ ਇਹਨਾਂ ਨੇ ਆਪਣੇ ਕੋਲ ਨਹੀਂ ਸੁੱਟੇ ਗਏ, ਉਹਨਾਂ ਨੇ ਉਹ ਗੱਲੇ 'ਚੋਂ ਸਿੱਟੇ ਆ, ਗੱਲੇ ਤੋਂ ਸੁੱਟੇ ਗਏ ਨੇ। ਜਿੱਦਾਂ ਹੰਸਰਾਜ ਹੰਸ ਜੀ ਉੱਥੇ MP ਰਹੇ ਨੇ, ਗੱਦੀ ਨਸ਼ੀਦ, ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੇ ਕੋਲ ਸਿੱਟ ਦੇ, ਅਤੇ ਇਹਨਾਂ ਨੇ ਪੈਸੇ ਉਹ ਤੁਸੀਂ ਕਹਿ ਰਹੇ ਹੋ ਕਿ ਗੱਲੇ ਦੇ ਵਿੱਚ ਸੁੱਟੇ ਗਏ, ਗੱਲੇ 'ਚੋਂ ਸੁੱਟੇ ਗਏ ਆ, ਕਿ ਕੁਛ ਉਹਨਾਂ ਨੇ ਉੱਥੇ ਲੋਕ ਵਗੈਰਾ ਵੀ ਲਗਾਏ ਗਏ ਨੇ ਦੱਸਿਆ ਜਾ ਰਿਹਾ। ਹਾਂਜੀ, ਹੁਣ ਜਿਹੜੇ ਜਿਹੜੀ ਇਮਾਰਤ ਤੁਹਾਨੂੰ ਦੱਸੀ ਨਹੀਂ ਸੀ, ਪਿਛਲੀ ਵਾਰੀ 85 ਲੱਖ ਰੁਪਇਆ ਲਾ ਕੇ ਇਮਾਰਤ ਬਣਾਈ, ਉਹਨੂੰ ਵੀ ਲੋਕ ਲਾ ਦਿੱਤਾ ਜੀ ਇਹਨਾਂ ਨੇ। ਉਹ ਤੋਂ ਬਾਅਦ ਇੱਕ ਥੱਲੇ ਕਮਰਾ ਆ ਜਿੱਥੇ ਕੋਈ ਵੀ ਕੋਈ ਉੱਥੇ ਕੋਈ ਆਪਣਾ ਸੱਜਣ ਜਾਂ ਕੋਈ ਵੀ ਆਫਿਸਰ ਜਾਂ ਕੋਈ ਵੀ ਵੱਡਾ ਚਿਹਰਾ ਆਉਂਦਾ ਸੀ ਉੱਥੇ ਬਿਠਾ ਕੇ ਉਹਨਾਂ ਨੂੰ ਚਾਹ ਪਾਣੀ ਪਿਲਾਉਂਦੇ ਸੀ, ਉਸ ਕਮਰੇ ਨੂੰ ਵੀ ਲੋਕ ਲਾ ਦਿੱਤਾ। ਜਿੱਦਾਂ ਕਿ ਮੀਨਸ ਆਫਿਸ ਕਿਹਾ ਜਾਵੇ, ਆਪਾਂ ਆਫਿਸ ਲਾ ਲਓ, ਆਫਿਸ ਕਿਹਾ ਜਾਏ, ਜਿੱਦਾਂ ਕਿ ਸਾਰੇ ਆਉਂਦੇ ਆ ਬਾਹਰੋਂ, ਕੋਈ ਵੀ ਆਉਂਦਾ ਵਾ, ਗੈਸਟ ਆਉਂਦਾ, ਅਤੇ ਉਹਨਾਂ ਨੂੰ ਇਸ ਟਾਈਮ ਇਹਨਾਂ ਨੇ ਲੋਕ ਲਗਾ ਦਿੱਤੇ ਹੋਏ ਨੇ, ਉਹਨਾਂ ਦੀਆਂ ਚਾਬੀਆਂ ਕਿਹਨਾਂ ਦੇ ਕੋਲ ਨੇ? ਚਾਬੀ ਜਿਹਨੂੰ ਪੁੱਛੋ, ਪ੍ਰਧਾਨ ਨੂੰ ਪੁੱਛੋ, ਕਹਿੰਦਾ ਹੰਸਰਾਜ ਕੋਲ ਆ, ਹੰਸਰਾਜ ਕਹਿੰਦਾ ਮੈਂ ਭੇਜਦਾ, ਮੈਂ ਕਰਦਾ, ਕੋਈ ਸਾਨੂੰ ਚਾਬੀ ਨਹੀਂ ਮਿਲਦੀ, ਜਾਣ ਕੇ ਸਾਨੂੰ ਚਾਬੀਆਂ ਦੇ ਨਹੀਂ। ਅਤੇ ਜਿੱਦਾਂ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ 25-26 ਤਰੀਕ ਨੂੰ ਉੱਥੇ ਬਰਸੀ ਮਨਾਈ ਜਾ ਰਹੀ ਹੈ, 26-27 ਤਰੀਕ ਨੂੰ ਬਰਸੀ ਮਨਾਈ ਜਾ ਰਹੀ ਹੈ, ਹਾਂਜੀ, ਅਤੇ ਬਰਸੀ ਦੇ ਉਹ ਪਹਿਲਾਂ ਹੁਣ ਉੱਥੇ ਆ ਚੁੱਕੇ ਹੋਏ ਨੇ ਹੰਸਰਾਜ ਹੰਸ ਜੀ? ਉਹ ਤੋਂ ਬਾਅਦ ਆਏ ਨਹੀਂ ਉਹ, ਜਦੋਂ ਉਹਨਾਂ ਨੇ ਪਿਛਲੀ ਕਾਨਫਰੰਸ ਤੋਂ ਵੀ ਪਹਿਲਾਂ ਦੇ ਆਏ ਹੋਏ ਆ, ਉਹ ਤੋਂ ਬਾਅਦ ਤਾਂ ਡੇਰੇ ਆਏ ਨਹੀਂ, ਨਾ ਹੀ ਉਹਨਾਂ ਦਾ ਕੋਈ ਕਮੇਟੀ ਮੈਂਬਰ ਆ ਰਿਹਾ, ਨਾ ਉਹ ਆ ਰਿਹਾ, ਕੋਈ ਨਹੀਂ ਆ ਰਿਹਾ ਜੀ। ਅਸੀਂ ਆਪਣੇ ਇੰਤਜ਼ਾਮ ਕੀਤੇ ਆ, ਅਸੀਂ ਆਪਣਾ ਹੁਣ ਕਰਾਂਗੇ, ਜੇ ਸਾਡੇ ਉਹਦੇ ਵਿੱਚ ਕੋਈ ਵੀ ਅੜਿੱਕਾ ਪਾਉਣ ਦੀ ਜਾਂ ਕੋਈ ਕੋਸ਼ਿਸ਼ ਕਰੂਗਾ ਜ਼ਿੰਮੇਵਾਰ।